ਨਮਸਕਾਰ ਦੋਸਤੋ, ਕੀ ਹਾਲ ਚਾਲ ਨੇ? ਹਨੀ ਸਿੰਘ ਭਾਈ ਦਾ ਗਾਣਾ ਆ ਗਿਆ ਜਾ ਮਿਲੀਨਰ, ਅਤੇ ਮਿਲੀਨਰ ਗਾਣੇ 'ਤੇ ਮਾੜੇ ਮੈਂ ਡਾਂਸ ਕਰਾਂ, ਅਤੇ ਆਪਾਂ ਗਾਣੇ ਦਾ ਆਪਾਂ ਰਿਐਕਸ਼ਨ ਪਾਉਂਦੇ ਹਾਂ ਅਤੇ ਰਿਵਿਊ ਪਾਉਂਦੇ ਹਾਂ, ਤਾਂ ਸੱਚ ਦੱਸਿਆ ਕੀ ਚੱਕਰ ਹੈ ਕੀ ਨਹੀਂ, ਦੇਖੋ ਅਤੇ ਸੁਣੋ। ਭਾਜੀ ਗਾਣੇ ਵਿੱਚ ਗਾਲਾ ਕੱਢੀ ਜਾਂਦਾ, ਕਹਿੰਦਾ ਮੈਂ 20 ਸਾਲ ਹੋ ਗਏ ਆਪਣੀ ਜਨਾਨੀ ਨਾਲ ਰਿਹਾ ਸੀ, ਹੁਣ ਭਾਈ ਨੇ ਜਨਾਨੀ ਛੱਡਤੀ ਆ, ਡਿਵੋਰਸ ਦੇ ਤਾ ਆਪਣੀ ਜਨਾਨੀ ਨੂੰ, ਹੁਣ ਭਾਜੀ ਕਹਿੰਦਾ ਮੇਰੇ ਫੇਰ ਬੜੇ ਚੱਲਦੇ ਆ, ਕਦੀ ਕਲੱਬਾਂ ਵਿੱਚ ਜਾਂਦਾ, ਕਦੀ ਕਿਤੇ ਜਾਂਦਾ ਪਿਆ ਆ। ਯਾਰ ਇੱਦਾਂ ਤਾਂ ਗਾਣੇ ਆ, ਚਲੋ ਜਿੱਦਾਂ ਮਰਜ਼ੀ ਆ, ਸੰਸਾਰ ਵਿੱਚ ਬੜੀ ਤਰ੍ਹਾਂ ਦੀ ਦੁਨੀਆ ਆ, ਹੁਣ ਸਾਰੇ ਤਾਂ ਸ਼ਰੀਫ ਤਾਂ ਹੁੰਦੇ ਨਹੀਂ ਹੈਗੇ, ਕਈ ਵਿਗੜੇ ਵੀ ਹੁੰਦੇ ਆ, ਕਈ ਸ਼ਰੀਫ ਵੀ ਹੁੰਦੇ ਆ, ਕਈ ਸ਼ਰੀਫ ਹੁੰਦੇ ਆ, ਕੋਈ ਬਦਮਾਸ਼ ਹੁੰਦੇ ਆ, ਕਈ ਪਲੇ ਬੋਏ ਹੁੰਦੇ ਆ, ਕਈ ਨੋਰਮਲ ਬੰਦੇ ਹੁੰਦੇ ਆ, ਕਈਆਂ ਨੇ ਕੁਛ ਦੇਖਿਆ ਹੁੰਦਾ ਆ, ਕਈਆਂ ਨੇ ਬਹੁਤ ਕੁਛ ਦੇਖਿਆ ਹੁੰਦਾ ਜ਼ਿੰਦਗੀ 'ਚ, ਕਈਆਂ ਨੇ ਕੁਛ ਵੀ ਨਹੀਂ ਦੇਖਿਆ ਹੁੰਦਾ, ਅਤੇ ਕਈ ਐਕਸਪੀਰੀਅੰਸ ਵਾਲੇ ਬੰਦੇ ਹੁੰਦੇ ਆ, ਕਈ ਅਨਐਕਸਪੀਰੀਅੰਸ ਹੁੰਦੇ ਆ, ਅਤੇ ਕਈਆਂ ਨੂੰ ਤਾਂ ਪੂਰੀ ਉਮਰ ਨਹੀਂ ਪਤਾ ਲੱਗਦਾ ਕਿ ਜ਼ਿੰਦਗੀ ਦਾ ਬਣਨਾ ਅਤੇ ਕੀ ਨਹੀਂ। ਅਤੇ ਇਸ ਕਰਕੇ ਗਾਣਾ ਸੁਣੋ ਪਹਿਲਾਂ ਤੁਸੀਂ, ਕੀ ਕਹਿੰਦਾ ਯਾਰ ਬੰਦਾ ਸੁਣੋ। ਗੱਲਾਂ ਬਾਤਾਂ ਨਹੀਂ ਚੱਲਦੀਆਂ ਯਾਰ, ਅੱਖੀਆਂ ਦੇ ਵਿੱਚ ਗੱਲਾਂ ਮੈਂ ਨਾ ਪਾਰ, ਜ਼ਿੰਦਗੀ ਆ ਲੰਘ ਜਾਂਦੀ ਉੱਤੋਂ ਦੀ ਅਸਾਰ। ਤਾਂ ਦੋਸਤੋ ਇਸ ਗਾਣੇ ਵਿੱਚ ਕੀ ਕਿਹਾ ਜਾ ਰਿਹਾ ਹੈ? ਭਾਈ ਅਗਰ ਤਾਂ ਗਾਲ ਕੱਢ ਰਹੇ ਨੇ, ਗਾਲ ਕੱਢ ਕੇ ਕਹਿ ਰਹੇ ਨੇ ਕਿ ਮੈਂ ਮਿਲੀਅਨਰ ਆ, ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ, ਕਿਉਂਕਿ ਪੈਸਾ ਬੜਾ ਆ, ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਮੇਰੇ ਵਰਗਾ ਬੰਦਾ ਮੈਂ 10 ਸਾਲ ਤੋਂ ਚੇਸ ਕਰ ਰਿਹਾ ਹਾਂ, 10 ਸਾਲ ਤੋਂ ਮੈਂ ਉਂਗਲਾਂ 'ਤੇ ਲਿਜਾ ਰਿਹਾ ਲੋਕਾਂ ਨੂੰ, ਮੈਂ 10 ਸਾਲ ਤੋਂ ਰੈਪ ਕਰ ਰਿਹਾ ਹਾਂ, ਭਰ ਭਰ ਕੇ ਭਾਈ ਨੇ ਇੱਥੇ ਸਿਰਫ ਆਪਣੀ ਹੀ ਤਾਰੀਫ ਕੀਤੀ ਆ, ਆਪਣੇ ਆਪ ਨੂੰ ਮਹਾਨ ਦੱਸਿਆ ਆ ਇਸ ਗਾਣੇ ਵਿੱਚ ਕਿ ਮੈਂ ਮਿਲੀਅਨਰ ਹਾਂ, ਮੇਰੀ ਗੱਲਬਾਤ ਆ, ਮੈਂ ਇੱਦਾਂ ਆ, ਮੈਂ ਉੱਦਾਂ ਹਾਂ। ਅਤੇ ਇਸ ਕਰਕੇ ਹਰ ਬੰਦਾ ਜਦੋਂ ਆਪਣੇ ਆਪ ਨੂੰ ਮਹਾਨ ਦੱਸਦਾ ਹੁੰਦਾ, ਸਮਝੋ ਉਹਦੇ 'ਚ ਆਕੜ ਆ ਗਈ ਆ, ਉਹ ਮੈਂ ਨਹੀਂ ਹੈਗਾ ਭਰਾਵਾ ਮਹਾਨ, ਮੈਂ ਤਾਂ ਯਾਰ ਹਾਂ। ਤਾਂ ਇਸ ਕਰਕੇ ਇਸ ਗਾਣੇ ਨੂੰ ਬਣਾਉਣ ਦਾ ਇੱਕੋ ਹੀ ਮਤਲਬ ਆ ਕਿ ਆਈ ਐਮ ਮਿਲੀਅਨਰ, ਆਈ ਐਮ ਐਡਵਾਂਸ, 10 ਸਾਲ ਤੋਂ ਮੈਂ ਕਰਦਾ ਚਾਂਸ, ਦਿੱਤਾ ਨਹੀਂ ਮੌਕਾ ਕਰਾਂ ਰੋਮਾਂਸ, ਕਿੰਨੇ ਅਫੇਅਰ ਚੱਲਦਾ ਇਹ ਡਾਂਸ, ਜੇ ਮੈਂ ਕਲੱਬਾਂ 'ਚ ਖੋਰੂ ਜੇ ਪਾਨ, ਮੇਰੀ ਆ ਚੱਲਦੀ ਪੈਗ ਦੇ ਨਾਲ, ਉਹ ਤੋਂ ਮੈਂ ਛੋਟਾ ਜੇ ਅਸਮਾਨ, ਖਾ ਕੇ ਨਾਲ ਖੇਡਦਾ ਨਾਲੇ ਤੂਫਾਨ। ਤਾਂ ਇੱਦਾਂ ਦੀ ਭਾਈ ਨੇ ਰਿਧਮ ਬਣਾਈ ਆ ਗਾਣੇ ਦੀ, ਤਾਂ ਭਾਈ ਨੇ ਟੀ ਸੀ ਦੁਆਰਾ ਗਾਇਆ ਸੀ, ਭਾਈ ਨੇ ਕੱਲ੍ਹ ਗਾਣਾ ਗਾਇਆ ਸੀ, ਹੁਣ ਹੋ ਗਏ ਨੇ ਪੂਰੇ 24 ਘੰਟੇ ਭਾਈ ਨੂੰ ਗਾਣਾ ਪਾਏ ਨੂੰ, ਬਟ ਮੈਂ ਗਾਣਾ ਸੁਣਿਆ ਸੀ, ਬਟ ਗਾਣੇ ਦਾ ਰਿਵਿਊ ਪਾਉਣ ਨੂੰ ਰਿਐਕਸ਼ਨ ਪਾਉਣ ਨੂੰ ਦਿਲ ਨਹੀਂ ਕਰਦਾ ਸੀ, ਬਟ ਮੈਨੂੰ ਕਿਸੇ ਬੰਦੇ ਨੇ ਕਿਹਾ ਕਿ ਭਾਈ ਤੁਸੀਂ ਸਾਨੂੰ ਵਾਅਦਾ ਕੀਤਾ ਸੀ ਕਿ ਹਰੇਕ ਗਾਣੇ ਦਾ ਸੱਚ ਦੱਸਣਾ, ਹਰੇਕ ਵੀਡੀਓ ਦਾ, ਹਰੇਕ ਫਿਲਮ ਦਾ ਜਾਂ ਹਰੇਕ ਤਰ੍ਹਾਂ ਦਾ ਨਾ, ਤਾਂ ਤੁਸੀਂ ਆਪਣੇ ਵਾਅਦੇ ਤੋਂ ਮੁੱਕਰੇ ਹੋਣਾ। ਤਾਂ ਫਿਰ ਮੈਂ ਕਿਹਾ ਭਾਜੀ ਯਾਰ ਕੋਈ ਚੱਕਰ ਨਹੀਂ, ਮੈਂ ਇੱਥੇ ਰਿਐਕਸ਼ਨ ਦੇ ਦਿੰਦਾ ਹਾਂ। ਤਾਂ ਇਸ ਗਾਣੇ ਦਾ ਰਿਐਕਸ਼ਨ ਦੇਣ ਤਾਂ ਆਇਆ ਸੀਗਾ ਕਿ ਭਾਜੀ ਕਹਿੰਦਾ ਮੈਂ 20 ਸਾਲ ਹੋ ਗਏ ਆਪਣੀ ਜਨਾਨੀਆਂ ਰਹਿੰਦੇ ਨੂੰ, ਡਿਵੋਰਸ ਦੇ ਦਿੱਤਾ ਆ, ਅਤੇ ਆਈ ਐਮ ਮਿਲੀਅਨਰ, ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੇਰੇ ਫੇਰ ਬਹੁਤ ਚੱਲਦੀ ਆ, ਅਤੇ ਆਪਣੇ ਆਪ ਖੁੱਲ੍ਹਾ ਡੁੱਲਾ ਭਾਜੀ ਨੇ ਮਹਾਨ ਕਿਹਾ ਆ। ਅਤੇ ਭਾਜੀ ਕਹਿੰਦਾ ਮੇਰਾ ਲੈਵਲ ਉਹ ਆਪਾਂ ਆਉਣ ਵਾਲੇ ਸਮੇਂ 'ਚ ਮੈਂ ਇੰਨਾ ਕੁ ਲੈਵਲ ਅਪ ਕਰ ਲੈਣਾ ਨਾ, ਲੋਕਾਂ ਨੂੰ ਪਿੱਛੇ ਛੱਡ ਦੇਣਾ। ਤਾਂ ਸਾਫ਼ ਸਾਫ਼ ਭਾਈ ਨੇ ਵਾਰਨਿੰਗ ਦਿੱਤੀ ਹੋਈ ਆ, ਅਤੇ ਹੁਣ ਪਿੱਛੇ ਜੀ ਮੈਂ ਜੇ ਖਾਣ ਬਾਣੀ ਭਾਈ ਦਾ ਖਾਣਾ ਪਾਇਆ ਆ, ਕਿ ਸਾਈਕੋ ਸਟਾਈਲ 'ਚ ਬਰਕਤ ਭਾਈ ਨੇ ਪਾਇਆ ਆ, ਤੋ ਵੀ ਤੁਸੀਂ ਦੇਖ ਲਓ, ਕਿਉਂਕਿ ਖਾਣ ਬਾਣੀ ਭਾਈ ਨੇ ਵੀ ਕਹਿ ਦਿੱਤਾ ਆ ਕਿ ਕੰਟਰੋਵਰਸੀਆਂ ਕਰ ਰਹੇ ਨੇ, ਨਵਾਂ ਸੰਧੂ ਭਾਈ ਹੋ ਗਿਆ, ਪ੍ਰੇਮ ਢਿੱਲੋਂ ਹੋ ਗਿਆ, ਕਿ ਦੂਜੇ ਨੂੰ ਕੰਟਰੋਵਰਸੀ ਚੱਲ ਰਹੀ ਆ, ਕਰਨ ਔਜਲੇ ਭਾਈ ਦਾ ਨਾਮ ਉਹਦੇ ਜਾਈ ਵਿੱਚ ਲਾਈ ਜਾਂਦੇ ਆ, ਬਾਗੀ ਭਾਈ ਦਾ ਨਾਮ ਆ, ਅਤੇ ਬਾਗੀ ਭਾਈ ਨੂੰ ਵੀ ਨਾਲ ਲੈ ਜਾਂਦੇ ਭਾਜੀ ਨੇ, 4-5 ਤਾਂ ਨਹੀਂ ਘੱਟੋ ਘੱਟ 15 ਜਣਿਆਂ ਨੂੰ ਵਿੱਚ ਲਪੇਟਿਆ ਆ, ਅਤੇ ਕਿਹਾ ਆ ਕਿ ਇਹਨਾਂ ਦੇ ਕਲਮਾਂ 'ਚ ਜਿਹੜਾ ਦਮ ਆ ਜਾਂ ਕੀ ਚੱਕਰ ਆ,
ਜੈਲਸੀ ਭਾਲਦੇ ਆ, ਚਾਹੇ ਘਰ ਦੇ ਬੂਹਾ ਕੁੰਡਾ ਨਾ ਖੋਲ੍ਹੇ, ਅਤੇ ਇਸ ਕਰਕੇ ਹੁਣੀ ਸਿੰਘ ਜੀ ਵੀ ਆ ਕਹਿੰਦੇ ਮੇਰਾ ਲੈਵਲ ਅੱਪ ਆ, ਅਤੇ ਜਿਹੜੇ ਰੈਪਰ ਆ ਉਹ ਸਾਰੇ ਰੈਪਰ ਮੇਰੇ ਤੋਂ ਥੱਲੇ ਆ, ਅਤੇ ਇਸ ਕਰਕੇ ਇਹ ਚੀਜ਼ ਬੰਦਾ ਉਦੋਂ ਹੀ ਕਹਿੰਦਾ ਜੇ ਬੰਦੇ 'ਚ ਆਕੜ ਆ ਜਾਂਦੀ ਆ। ਬਾਕੀ ਗਾਣੇ ਦਾ ਇਹੀ ਮਤਲਬ ਆ, ਆਈ ਐਮ ਮਿਲੀਅਨਰ, ਮੇਰਾ ਮੈਂ ਹੈਗਾ ਐਡਵਾਂਸ। ਤਾਂ ਚੈਨਲ 'ਤੇ ਜਿਹੜੇ ਨਵੇਂ ਨੇ ਲਾਈਕ ਕਰਨ, ਕਮੈਂਟ ਕਰਨ, ਸਬਸਕ੍ਰਾਈਬ ਕਰਨ ਅਤੇ ਬੈੱਲ ਆਈਕਨ ਨੂੰ ਔਨ ਕਰ ਲੈਣ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।